ਜਿਹੜੀ ਕਿ ਇਸ ਵੇਲੇ ਬਿਲਕੁਲ ਜਿੱਤੂ ਹੀ ਹੋ ਚੁੱਕੇ ਹਨ। ਸ਼ਸ਼ੀ ਡਰਿੰਕ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀ ਸਾਡੇ ਨਾਲ ਨੇ ਵਿਧਾਇਕ ਬੈਠਾ ਜਲੰਧਰ ਦਾ। ਸਰ ਕੀ ਕਹਿੰਦੇ ਸਰ, ਬਹੁਤ ਵੱਡੀ ਜਿੱਤ ਜਿਹੜੀ ਤੁਹਾਨੂੰ ਮਿਲੀ ਹੈ? ਇਹ ਜਲੰਧਰ ਦੇ ਲੋਕਾਂ ਨੇ ਫਤਵਾ ਦਿੱਤਾ, ਜਲੰਧਰ ਦੇ ਲੋਕਾਂ ਨੇ 13 ਮਹੀਨੇ ਦੇ ਕੰਮ ਦੇ ਉੱਤੇ ਜਿਹੜੀ ਮੋਹਰ ਲਗਾਈ ਹੈ। ਮੇਰੇ ਮੁੱਖ ਮੰਤਰੀ ਨੇ ਜੋ ਕੰਮ ਪੰਜਾਬ ਦੇ ਵਿੱਚ ਕੀਤੇ, ਜਲੰਧਰ ਲੋਕ ਸਭਾ ਦੇ ਕੀਤੇ, ਅੱਜ ਲੋਕਾਂ ਨੇ ਵੋਟ ਦੇ ਕੇ ਉਹਦਾ ਜਿਹੜਾ ਜਵਾਬ ਹੈ ਵਿਰੋਧੀ ਤੁਹਾਨੂੰ ਦਿੱਤਾ। ਸਰ ਜਿਹੜਾ ਜਲੰਧਰ ਕੰਪੇਨਿੰਗ ਚੱਲ ਰਹੀ ਸੀ ਤਾਂ ਬਲਕਾਰ ਸਿੱਧੂ ਵੀ ਆਏ, ਉਹਨਾਂ ਨੇ ਵੀ ਤੁਹਾਡੀ ਕੰਪੇਨਿੰਗ ਦੇ ਉੱਤੇ ਸਵਾਲ ਚੁੱਕੇ ਕਿ ਇਨਸਾਫ ਨੂੰ ਲੈ ਕੇ ਕਾਂਗਰਸ ਦੇ ਹੱਕ ਵਿੱਚ ਕੀਤਾ। ਲੱਗਦਾ ਉਹ ਜਿਹੜਾ ਉਹਨਾਂ ਦੀ ਅਪੀਲ ਸੀ ਉਹਨੂੰ ਲੋਕਾਂ ਨੇ ਮਨਜ਼ੂਰ ਨਹੀਂ ਕੀਤਾ। ਇਹ ਮੈਂ ਉਹਨਾਂ ਦੇ ਫਾਦਰ ਨੇ ਕੋਈ ਰਾਜਨੀਤੀ ਲੋਕਾਂ ਦੇ ਥਾਂ ਚੜ੍ਹੇ ਸੀ, ਪਰ ਮੈਂ ਉਹਨਾਂ ਦੇ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ। ਅਸੀਂ ਆਪਣੀ ਪਾਰਟੀ ਦੇ ਉੱਤੇ ਗੱਲ ਕਰਾਂਗੇ। ਮੇਰੀ ਪਾਰਟੀ ਨੇ ਜੋ ਕੰਮ ਕੀਤੇ, ਜੋ ਮੇਰੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੰਮ ਕੀਤੇ, ਲੋਕਾਂ ਨੇ ਉਹਨੂੰ ਫਤਵਾ ਦਿੱਤਾ। ਕਿਹੜੇ ਕਿਹੜੇ ਵਿਕਾਸ ਦੇ ਮੁੱਦਿਆਂ 'ਤੇ ਇਲੈਕਸ਼ਨ ਲੜੀ ਗਈ ਸੀ? ਅਸੀਂ ਲੜੀ ਗਰੀਬ, ਸਭ ਤੋਂ ਪਹਿਲੇ ਬਿਜਲੀ ਦੇ ਬਿੱਲ ਦੇ ਉੱਤੇ। ਅੱਜ ਹਰ ਇੱਕ ਪਰਿਵਾਰ ਦੇ ਮਾਤਰ ਪਰਿਵਾਰ ਦੇ ਬਿੱਲ ਦੇ ਵਿੱਚ ਜ਼ੀਰੋ ਆ ਰਿਹਾ। ਅਸੀਂ ਇਲੈਕਸ਼ਨ ਲੜੀ ਮੁਹੱਲਾ ਕਲੀਨਿਕ ਦੇ ਉੱਤੇ, ਅਸੀਂ ਇਲੈਕਸ਼ਨ ਲੜੀ ਲੋਕਾਂ ਨੂੰ ਨੌਕਰੀਆਂ ਜਿਹੜੀ ਮਿਲ ਰਹੀਆਂ ਗਰੀਬ ਪਰਿਵਾਰਾਂ ਨੂੰ, ਅਸੀਂ ਇਲੈਕਸ਼ਨ ਲੜੀ ਵਿਕਾਸ ਦੇ ਉੱਤੇ, ਲੋਕਾਂ ਨੇ ਮੋਹਰ ਲਗਾ ਕੇ ਉਹਨਾਂ ਪਾਰਟੀਆਂ ਨੂੰ ਫਿਰ ਇੱਕ ਵਾਰ ਚਲਦੇ ਕੀਤਾ। ਔਰ 2024 ਦੀ ਜਿਹੜੀ ਨੀਂਹ ਹੈ, ਜਿਹੜੀ ਦੇਸ਼ ਦੇ ਵਿੱਚ ਅਰਵਿੰਦ ਕੇਜਰੀਵਾਲ ਦੇਸ਼ ਦੀ ਰਾਜਨੀਤੀ ਕਰਨਗੇ ਹਿੰਦੁਸਤਾਨ ਦੀ, ਔਰ ਨੀਂਹ ਰੱਖ ਦਿੱਤੀ ਹੈ। ਅੰਮ੍ਰਿਤਪਾਲ ਦੇ ਮੁੱਦੇ ਨੂੰ ਲੈ ਕੇ ਜਿਹੜੀ ਅਰੈਸਟ ਕੀਤਾ ਗਿਆ ਅੰਮ੍ਰਿਤਪਾਲ ਮੁੱਦੇ ਨੂੰ, ਫੈਕਟਰੀ ਅੰਮ੍ਰਿਤਪਾਲ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਸੀ। ਪੰਜਾਬ ਨੇ ਬੜੀ ਸ਼ਾਂਤੀ ਨਾਲ ਕੋਈ ਚੀਜ਼ ਭੰਗ ਨਹੀਂ ਕਿਉਂ ਦਿੱਤੀ, ਉਹਨੂੰ ਮੈਨੇਜ ਕੀਤਾ ਪੰਜਾਬ ਦੇ ਵਿੱਚ, ਕਿਉਂਕਿ ਅੰਮ੍ਰਿਤਪਾਲ ਵਰਗੇ ਜਿਹੜੇ ਲੋਕ ਜੇ ਪੰਜਾਬ ਦਾ ਮਾਹੌਲ ਖਰਾਬ ਕਰਨਗੇ ਉਹਨਾਂ ਨੂੰ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ। ਨਵਜੋਤ ਸਿੱਧੂ ਨੂੰ ਕਿਵੇਂ ਲੋਕਾਂ ਨੇ ਨਕਾਰ, ਨਵਜੋਤ ਸਿੱਧੂ ਨੂੰ ਜਿਹੜਾ ਆਇਆ ਸੀਗਾ ਉਹਨੇ ਵੀ ਵੱਡਾ ਪ੍ਰਚਾਰ ਕੀਤਾ ਸਿੱਧੂ ਜੀ ਨੂੰ, ਔਰ ਪੂਰੀ ਕਾਂਗਰਸ ਨੂੰ, ਪੂਰੀ ਬਾਕੀ ਰਵਾਇਤੀ ਪਾਰਟੀਆਂ ਨੂੰ ਜਲੰਧਰ ਦੇ ਲੋਕਾਂ ਨੇ ਜਵਾਬ ਦਿੱਤਾ। 24 ਦੇ ਵਿੱਚ ਕਿਵੇਂ ਜਾਏਗਾ, 24 ਦੀ ਕੀ ਰਹਿ ਗਈ? 24 ਦੀ ਜਿੱਤ ਹੈ, ਇਹ 24 ਦੀ ਜਿੱਤ ਹੈ, 2024 ਦੀ ਜਿੱਤ ਹੈ। ਹਲਕਾ ਜਲੰਧਰ ਤੋਂ ਜਿਹੜੇ ਆਮ ਆਦਮੀ ਪਾਰਟੀ ਦਾ ਤਹਿਸ਼ੀਲ ਸ਼ੀਤਲ ਡੋਡਰਾ ਜੀ, ਉਹਨਾਂ ਨੇ ਕਿਹਾ ਕਿ 24 ਦੀ ਜਿੱਤ ਹੈ, ਕਿਉਂਕਿ ਇਸ ਜਿੱਤ ਦੇ ਨਾਲ ਹੀ ਜਿਹੜਾ ਹੁਣ ਜਿਹੜੀ ਨੀਂਹ ਆ ਉਹ ਰੱਖੀ ਗਈ ਹੈ। 24 ਦੇ ਵਿੱਚ ਜਿਹੜੀ ਆ ਬਹੁਤ ਵੱਡੀ ਜਿੱਤ ਹੋਈ ਹੋਈ ਹੈ, ਔਰ ਹੁਣ ਜਿਹੜੇ ਵਿਕਾਸ ਦੇ ਮੁੱਦਿਆਂ ਨੂੰ ਲੈ ਕੇ ਜਿਹੜੀ ਇਲੈਕਸ਼ਨ ਲੜੀ ਗਈ ਸੀ ਉਹ ਵਿਕਾਸ ਦੇ ਮੁੱਦੇ ਲੋਕਾਂ ਨੇ ਪ੍ਰਵਾਨ ਕੀਤੇ, ਔਰ ਜਿਹੜੀ ਵੱਡੀ ਜਿੱਤ ਹੈ ਆਮ ਆਦਮੀ ਪਾਰਟੀ ਨੂੰ ਮਿਲੀ ਹੈ। ਅਤੇ ਸ਼ਸ਼ੀਲ ਰਿੰਕੂ ਜਿਹੜੇ ਇੱਥੋਂ ਲੋਕ ਸਭਾ ਦੇ ਮੈਂਬਰ ਬਣ ਕੇ ਜਿਹੜੇ ਆ ਸੰਸਦ ਵਿੱਚ ਜਾਣਗੇ, ਦਿੱਲੀ ਦੇ ਵਿੱਚ ਜਾਣਗੇ। ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ, ਨਸ਼ਾ ਛੁਡਾਉਣ 'ਚ ਮਾਹਿਰ ਡਾਕਟਰ ਗੁਪਤਾ, 76961 7000, ਬਿਨਾਂ ਤੋੜ ਤਕਲੀਫ ਤੋਂ, ਬਿਨਾਂ ਦਾਖਲ ਹੋਏ, ਬਿਨਾਂ ਕੰਮ ਛੱਡੇ, ਹਰ ਤਰ੍ਹਾਂ ਦਾ ਨਸ਼ਾ ਛੱਡੋ। ਸ਼ਰਾਬ, ਹੈਰੋਇਨ, ਸਮੈਕ, ਅਫੀਮ, ਗਾਂਜਾ, ਚਿੱਟਾ, ਭੁੱਕੀ, ਟੀਕੇ, ਗੋਲੀਆਂ, ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ। ਸਾਡੀ ਦਵਾਈ 100% ਆਯੁਰਵੈਦਿਕ ਹੈ, ਇਸ ਦਾ ਕੋਈ ਸਾਈਡ ਇਫੈਕਟ ਨਹੀਂ। ਦੇਸ਼ ਵਿਦੇਸ਼ 'ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ। ਪਤਾ, ਆਨੰਦ ਦਵਾਖਾਨਾ, ਸਾਹਮਣੇ ਬੱਸ ਸਟੈਂਡ, ਪਟਿਆਲਾ। ਡਾਕਟਰ ਗੁਪਤਾ, 76961 7000।